ਕਾ ਵਾਕੇ ਦੀ ਵੀਡੀਓ ਬਣਾ ਰਿਆ ਵਾਂ ਕਿ ਜਿਹੜਾ ਮੇਰਾ ਨੁਕਸਾਨ ਹੋ ਰਿਹਾ ਵਾ ਤੇ ਵੀਡੀਓ ਇਹ ਆ ਕਿ ਕੋਈ ਬੰਦਾ ਹੁੰਦਾ ਵਾ ਦਾਤੀ ਦੇ ਨਾਲ ਤਕਰੀਬਨ ਕੋਈ 100 150 50 ਟੀਂਡੇ ਫੀ ਬੂਟੇ ਨੂੰ ਲੱਗੇ ਆ ਤੇ ਬੰਦਾ ਆ ਕੇ ਜਿਹੜੇ ਆ ਨਾ ਉਹ ਬੂਟੇ ਵੜ ਜਾਂਦਾ ਵਾ ਤਕਰੀਬਨ 40 ਤੋਂ 45 ਬੂਟੇ ਡੇਲੀ ਦੇ ਵੜਦਾ ਤੇ ਹੁਣ ਮੈਂ ਜਿਹੜੇ ਬੰਦੇ ਮੌਕੇ ਤੇ ਮੌਜੂਦ ਆ ਉਹਦੇ ਵਿੱਚ ਉਹਨਾਂ ਨਾਲ ਮੈਂ ਇਹ ਗੱਲ ਕਰਨ ਲੱਗਾ ਉਹਨਾਂ ਨੂੰ ਮੈਂ ਮੌਕਾ ਵਿਖਾਇਆ ਵਾ ਕਿਉਂਕਿ ਮੈਂ ਕੱਲ ਨੂੰ ਅਗਰ ਕੋਈ ਵੀ ਕਾਨੂੰਨੀ ਕਾਰਵਾਈ ਕਰਾਂ ਤੇ ਉਹਦਾ ਪੂਰਾ ਪੂਰਾ ਮੈਂ ਹੱਕ ਰੱਖਦਾ ਤੇ ਹੁਣ ਮੈਂ ਮੌਕੇ ਤੇ ਜਿਹੜਾ ਬੰਦਾ ਮੌਜੂਦ ਆ ਇੱਥੇ ਹੋਜ ਕੋਲ ਆ ਜੀ ਮੁਹੰਮਦ ਆਸੀਫ ਵਲਦ ਜ਼ਿਕਰ ਇਹ ਮੇਰੇ ਪਿੰਡ ਦਾ ਬੰਦਾ ਵਾ ਤੇ ਇੱਥੇ ਮੇਰੇ ਮਰੱਬੇ ਆਇਆ ਸੀਗਾ ਇਹ ਤੇ ਇਹਨੂੰ ਮੈਂ ਕਹ ਮੈਂ ਮੌਕੇ ਤੇ ਵਿਖਾਵਾਂ ਆਸੀਫ ਕਾਦੇ ਨਾਲ ਵੱਡੀ ਆ ਬੰਦੇ ਨੇ ਇਹ ਦਾਤੀ ਜੀ ਨਾਲ ਵੱਡੀ ਗਈ ਆ ਜੀ ਦਾਤੀ ਨਾਲ ਵੱਡੀ ਹੈ ਤੇ ਕਲਮ ਕੀਤੀ ਗਈ ਜਾਂਦੀ ਤੇ ਕਿੰਨੇ ਕ ਅੱਜ ਪੌਦੇ ਵੱਢ ਗਿਆ ਵਾ ਇਹ ਹੈਗੇ तकरीबन 30 35 ਬੂਟੇ ਪਏ ਆ 30 ਜਿਹੜੇ ਵੱਡੇ ਪਏ ਆ ਦੇਖੋ ਤਾਜ਼ੇ ਬੂਟੇ 30 35 ਆ ਇੱਥੇ ਆ ਹੋ ਆਪਣਾ ਫਰੀਦ ਚੱਕੋ ਸਾਰੀ ਹਣ ਇੱਕ ਬੂਟੇ ਦਾ ਕੀ ਸੰਡੀ ਆ ਜਾ ਤੇ ਕਿੰਨਾ ਖਰਚਾ ਹੁੰਦਾ ਲਾਲਾ ਸਾਹਿਬ ਇੱਕ ਪੱਤੇ ਬਦਲੇ ਬੰਦਾ ਭਾਈਦਾ ਇਹ ਇਹ ਫਰੀਦ ਆ ਜੀ ਮੇਰਾ ਰਾਖ ਨਾਲ ਲੱਗੀ ਹੋਇਆ ਹਾਂ ਤੇ ਦਾਤੀ ਦੇ ਦਰੀਏ ਬੰਦਾ ਕੱਟ ਕੇ ਸਿੜ ਦਿੰਦਾ ਵਾ ਹੁਣ ਜੀ ਅਸੀਂ ਇਹ ਆਪਦਾ ਪੂਰਾ ਸੱਦੇਬਾਬ ਕਰਾਂਗੇ ਬੰਦਾ ਫੜਾਂਗੇ ਅਗਰ ਅਸੀਂ ਬੰਦਾ ਫੜ ਲਿਆ ਤੇ ਅਸੀਂ ਇਹ ਪੂਰੀ ਦੇ ਪੂਰੇ ਕਪਾ ਦੇ 2 ਕਿੱਲੇ ਜਿਹੜੇ ਆ ਨਾ ਬਲਕਿ ਸਵਾ 2 ਕਿੱਲੇ ਇਹ ਅਸੀਂ ਉਸ ਬੰਦੇ ਦੇ ਪੇਟੇ ਪਾਵਾਂਗੇ ਜਿਹੜਾ ਇਹ ਬੰਦਾ ਨੁਕਸਾਨ ਕਰਦਾ ਵਾ ਮੇਰਾ ਕਿਉਂਕਿ ਤੁਸੀਂ ਮੇਰੇ ਮੌਕੇ ਦੇ ਗਵਾਹ ਆ ਜੀ ਫਰੀਦ احمد ਹਾਂ ਜੀ ਬਿਲਕੁਲ ਤੁਸੀਂ ਮੌਕੇ ਦੇ ਮੇਰੇ ਗਵਾਹ ਆ ਤਾਂ ਤੁਹਾਨੂੰ ਮੈਂ ਅੱਖਾਂ ਦੇ ਨਾਲ ਵਿਖਾ ਦਿੱਤਾ ਨੁਕਸਾਨ ਬਿਲਕੁਲ ਠੀਕ ਹੋ ਗਿਆ ਕੱਲ ਨੂੰ ਮੈਂ ਕੋਈ ਵੀ ਅਦਾਲਤੀ ਕਾਰਵਾਈ ਕਰਾਂ ਥਾਣੇ ਦੀ ਕਾਰਵਾਈ ਕਰਾਂ ਤੁਸੀਂ ਮੇਰੇ ਗਵਾਹ ਹੋਵੋਗੇ